ਸਤਿ ਸ਼੍ਰੀ ਅਕਾਲ ਦੋਸਤੋ, ਜਿੰਨੇ ਵੀ ਆਪਣੇ ਯੂਟਿਊਬ ਚੈਨਲ 'ਤੇ ਭਰਾ ਜੁੜੇ ਨੇ, ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਤੇ ਲਾਈਕ ਕਰਿਆ ਕਰੋ, ਕਮੈਂਟਾਂ ਦੇ ਵਿੱਚ ਦੱਸਿਆ ਕਰੋ ਬਾਈ। ਅਤੇ ਵੱਧ ਤੋਂ ਵੱਧ ਵੀਰ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਬਾਈ ਵੀ ਝੋਨੇ ਦੀ ਖੇਤੀ ਕਿੱਡੀ ਔਖੀ ਹੈ। ਆਪਾਂ ਕਹਿ ਦਿੰਦੇ ਹਾਂ ਬਾਈ ਵੀ ਝੋਨਾ ਬਹੁਤ ਸੌਖਾ, ਝੋਨਾ ਤਾਂ ਐਡਾ ਬਹੁਤ ਬੁਰਾ ਹਾਲ ਕਰ ਦਿੰਦਾ ਹੈ ਸਾਰਾ ਸੀਜ਼ਨ ਬੰਦੇ ਨੂੰ, ਮਤਲਬ ਕਿ ਪਜਾਮਾ ਨਹੀਂ ਪਾਉਣ ਦਿੰਦਾ ਬਾਈ। ਆਹ ਦੇਖੋ ਪਹਿਲਾਂ ਤਾਂ ਜਦੋਂ ਆਪਾਂ ਹੱਦ ਤੋਂ ਵੱਧ ਵਾਹਣ ਲੈ ਕੇ ਵਾਹੀ ਕਰਦੇ ਹਾਂ ਨਾ, ਤਾਂ ਉਹ ਵੀ ਕੋਈ ਬਾਹਲਾ ਚੰਗਾ ਕਹਿ ਸਕਦੇ ਆਪਾਂ, ਕਿਉਂਕਿ ਆਪਾਂ ਆਪਦੇ ਕੰਮ ਦੀ ਕਪੈਸਿਟੀ ਦੇ ਹਿਸਾਬ ਨਾਲ ਹੀ ਆਪਾਂ ਵਾਹੀ ਕਰੀਏ ਜਿੰਨਾ ਆਪਾਂ ਕੰਟਰੋਲ ਕਰ ਸਕੀਏ। ਹੱਦ ਤੋਂ ਵੱਧ ਵੀ ਅੱਡੀਆਂ ਚੱਕ ਕੇ ਫਾਹਾ ਲੈਣਾ ਤਾਂ ਉਹ ਕੋਈ ਬੈਨੀਫਿਟ ਨਹੀਂ ਉਹਦਾ। ਆਹ ਦੇਖੋ ਬਾਈ ਇਕੱਲਾ ਝੋਨੇ ਦੇ ਵਿੱਚ ਨਾ ਡੀਲਾ ਤਾਂ ਘੱਟ ਹੈ ਜੀ, ਇੱਕ ਤਾਂ ਹੈਗਾ ਮੱਕੜਾ ਅਤੇ ਇੱਕ ਤਾਂਦਲਾ ਬਹੁਤ ਜ਼ਿਆਦਾ ਹੈ। ਇੱਕ ਰਤੀਲੇ ਵਾਹਣ ਦੇ ਵਿੱਚ ਕੋਈ ਬਾਹਲਾ ਬੈਨੀਫਿਟ ਨਹੀਂ ਝੋਨੇ ਦਾ ਬਾਈ, ਉਹਦੇ ਨਾਲ ਜਿਹਦੇ ਕੋਲ ਵਾਹਣ ਖੁੱਲ੍ਹਾ ਬਈ ਚੁੱਪ ਕਰਕੇ ਗੁਬਾਰਾ ਵੀ ਜੋ ਬਹੁਤ ਵਧੀਆ ਹੁੰਦਾ। ਆਹ ਦੇਖੋ ਕੋਈ ਖਰਚਾ ਨਹੀਂ ਉੱਚੇ ਵਾਹਣ ਦੇ ਵਿੱਚ, ਰਤੀਲੇ ਵਾਹਣ ਦੇ ਵਿੱਚ ਨਾ ਕੋਈ ਡਬਲ ਕੱਦੂ ਨਾ ਕੋਈ ਸਿੰਗਲ, ਨਾ ਅਗਲੇ ਸਾਲ ਨਰਮੇ ਦੀ ਕੈਲੀ ਐਡੀ ਟੋਪ ਦੀ ਹੋਊਗੀ। ਜੇ ਝੋਨਾ ਲਾਉਂਗੇ ਤਾਂ ਆਹ ਹਾਲ ਹੋਊਗਾ ਬਈ, ਰੱਬ ਦਿਸੂ ਉਹ ਵਿੱਚੋਂ। ਠੀਕ ਹੈ ਜੀ, ਆਹ ਦੇਖੋ ਆਪਾਂ ਤਾਂ ਇਹੀ ਕਹਿੰਦੇ ਬਈ ਹਾਂ ਘੱਟ ਲਾ ਲਓ ਇਹਦੇ ਨਾਲ, ਜਿਹੜਾ ਵਧੀਆ ਆਪਾਂ ਕਰ ਸਕੀਏ ਜਿਹਦੇ ਵਿੱਚ ਆਪਾਂ ਤੋਂ ਕੰਟਰੋਲ ਆ ਸਕੇ ਪੂਰਾ। ਠੀਕ ਹੈ ਨਾ ਬਾਈ ਜੀ, ਧੰਨਵਾਦ ਦੋਸਤੋ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਅਤੇ ਲਾਈਕ ਕਰੋ।